ਮੈਂਟੂ ਜੀ ਕੱਲ ਦੀ ਖਬਰ ਚੱਲ ਰਹੀ ਹੈ ਕਿ ਮੂਸੀ ਵਾਲਾ ਕਤਲ ਮਾਮਲੇ ਦੇ ਵਿੱਚ ਕਿ ਕਬੱਡੀ ਕੱਪ ਕਰਕੇ ਰੌਲਾ ਪਿਆ ਪਾਗੋ ਮਾਇਰਾ ਕਬੱਡੀ ਕੱਪ ਕਰਕੇ ਹੁਣ ਉਹਨਾਂ ਦੇ ਯੋਜਕਾਂ ਨਾਲ ਵੀ ਆਪਣੀ ਗੱਲ ਹੋਈ ਸੀਗੀ ਤਾਂ ਉਹ ਉਹਨਾਂ ਦਾ ਪੱਖ ਰੱਖਦੀ ਹੈ ਫਿਰ ਉਸ ਤੋਂ ਬਾਅਦ ਇਹ ਘਣੀ ਵੀ ਸ਼ੁਰੂ ਕਰ ਲਏ ਨਾਲ ਜੀ ਪੱਖ ਦੇਖੋ ਅਸੀਂ ਕੱਲ ਵੀ ਯਤਨ ਕੀਤਾ ਸੀਗਾ ਸਾਡੇ ਕੋਲ ਕੋਈ ਕੰਟੈਕਟ ਹੈ ਨਹੀਂ ਸੀ ਖੜੇ ਪੈ ਜੀ ਕਿਉਂਕਿ ਪੂਸ਼ੇ ਸਾਡੀ ਇਹੀ ਹੁੰਦੀ ਹੈ ਕਿ ਅਸੀਂ ਯਾਰ ਦੂਸਰਾ ਪੱਖ ਦਿਖਾ ਦਈਏ ਹਾਂ ਜੀ ਉਹਨਾਂ ਦਾ ਕੀ ਕਹਿਣਾ ਪਰ ਮੈਨੂੰ ਥੋੜੀ ਜੀ ਇਸ ਗੱਲ ਤੋਂ ਨਿਰਾਸ਼ਾ ਵੀ ਹੋਈ ਕਿ ਚੰਡੀਗੜ੍ਹ 'ਚ ਕੰਮ ਕਰਦੇ ਜਿਨ੍ਹਾਂ ਦੇ ਸਟੂਡੀਓ ਨੇ ਉਹ ਭਾਗੋ ਮਾਜਰਾ ਦਾ ਕੋਈ ਉੱਥੇ ਜਾ ਕੇ ਪੱਖ ਨਹੀਂ ਰੱਖ ਸਕੇ ਐਦਾਂ ਨਹੀਂ ਹੋਣਾ ਚਾਹੀਦਾ ਹਾਂ ਮੈਂ ਅਗਲਾ ਕੋਈ ਝੂਠਾ ਹੈ ਚੋਹੇ ਕੋਈ ਸੱਚਾ ਹੈ ਗੱਲ ਰੱਖਣ ਦਾ ਮੌਕਾ ਤਾਂ ਸਾਡੇ ਮੰਚਾਂ ਤੋਂ ਹੋਣਾ ਚਾਹੀਦਾ ਹੈ ਨਾ ਹਾਂਜੀ ਨਾਲੇ ਤੁਹਾਡੇ ਕੋਲ ਤਾਂ ਝੂਠਾ ਸੱਚਾ ਸੀ ਨਹੀਂ ਸਾਬਤ ਕਰਨਾ ਛੋਟਾ ਛੋਟਾ ਸੋਚਣਾ ਰੱਖਣੀ ਹੈ ਹਾਂ ਸਪਸ਼ਟ ਹੋਣਾ ਇਨਵੈਸਟੀਗੇਸ਼ਨ ਚ ਸਾਰਾ ਕੁਝ ਹਾਂਜੀ ਹਾਂਜੀ ਕਰੋ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਜਦੋਂ ਛੋਟੇ ਛੋਟੇ ਸਟੇਸ਼ਨਾਂ ਦੇ ਉੱਤੇ ਪੱਤਰਕਾਰ ਆ ਤਾਂ ਮੁਹੱਲੇ ਦੇ ਵਿੱਚ ਪੱਤਰਕਾਰਨ ਵੀ ਸੀ ਕਹਿੰਦੇ ਕਿ ਭਾਈ ਜਾਇਆ ਉੱਥੇ ਲੱਗੇ ਅੱਜ ਉਸੇ ਚੈਨਲ ਦਾ ਪੱਤਰਕਾਰ ਉੱਥੇ ਗਰਾਊਂਡ 'ਚ ਖਲੋਤਾ ਸੀ ਜਦੋਂ ਸਕੂਲ ਲੱਗਾ ਲਓ ਜੀ ਪਰ ਉਹਨਾਂ ਕੋਲ ਨਹੀਂ ਗਏ ਨਹੀਂ ਗਏ ਹੁਣ ਤੱਕ ਮੈਂ ਤੇ ਉਹਨਾਂ ਦਾ ਵਰਸ਼ਨ ਚੱਲਦਾ ਕਿਤੇ ਵੇਖਿਆ ਨਹੀਂ ਹੈ ਜੀ ਤੇ ਅਸੀਂ ਫਿਰ ਕੋਈ ਮੇਰਾ ਦੋਸਤ ਸੀ ਪੁਰਾਣਾ ਉੱਥੇ ਉਹਦਾ ਲਾਗੇ ਪਿੰਡ ਹੈ ਉਹਨੂੰ ਮਾਰੀ ਕਾਲ ਭਈ ਮਿੱਤਰ ਪ੍ਰਾਣੇ ਨਾ ਫਿਰ ਔਖੇ ਵੇਲੇ ਚੇਤੇ ਆਉਂਦੇ ਆ ਤੇ ਉਹ ਬੋਰਡ ਦੇ ਵੀ ਆ ਜੀ ਐ ਵੈਸੇ ਉਹ ਸਰਕਾਰੀ ਸਰਵਿਸ ਦੇ ਵਿੱਚ ਆ ਟਰਾਂਸਪੋਰਟ ਸਰਵਿਸ ਦੇ ਵਿੱਚ ਤੇ ਉਹਨੇ ਫਿਰ ਮੈਨੂੰ ਸਰਪੰਚ ਸਾਹਿਬ ਦਾ ਨੰਬਰ ਲੈ ਕੇ ਦਿੱਤਾ ਜੀ ਉਹਨਾਂ ਨੇ ਵੀ ਦੱਸਿਆ ਕਿ ਭਈ ਇਹ ਸਾਡੇ ਸਾਰੇ ਪਿੰਡ ਨੇ ਇਕੱਠੇ ਕਰਕੇ ਨਾ ਪੈਸੇ ਕਰਵਾਇਆ ਸੀਗਾ ਟੂਰਨਾਮੈਂਟ ਪਰ ਮੇਨਲੀ ਮੁੰਡੇ ਅੱਗੇ ਸਨ ਆ ਅਸੀਂ ਵੀ ਦੇਖਣ ਗਏ ਸੰਯੋਗੀ ਅਸੀਂ ਵੀ ਸੀਗੇ ਤੇ ਮੈਂ ਆਖਿਆ ਜੀ ਫਿਰ ਤੁਸੀਂ ਕੋਈ ਸਾਨੂੰ ਕੰਟੈਕਟ ਐਸਾ ਦੇ ਦਿਓ ਜਿਹੜਾ ਉਸ ਮੇਲੇ ਨੂੰ ਕਰਵਾਉਣ ਵਾਲਾ ਹੋਵੇ ਮੁੰਡਾ ਕੋਈ ਹੋਵੇ ਹਾਂ ਉਹ ਟੀਮ ਚੋਂ ਕੋਈ ਨਾ ਕੋਈ ਜਿਹਾ ਕਿ ਸਾਫ ਆ ਵਾਲੀਬॉल ਟੂਰਨਾਮੈਂਟ ਅਸੀਂ ਕਰਵਾਉਣੇ ਆਪਣੇ ਪਿੰਡ ਤੇ ਉਹ ਅਸੀਂ 5-10 ਕਰਵਾਉਣ ਵਾਲੇ ਹੁੰਨੇ ਆ ਹੁਣ ਸਾਡੇ ਪਿੰਡ ਦੇ ਸਿਆਣੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਤਿਆਰੀਆਂ ਚੱਲ ਰਹੀਆਂ ਉਹਨਾਂ ਨੂੰ ਤਾਂ ਅਸੀਂ ਕਹਾਂਗੇ ਕਿ ਆਜੋ ਜੀ ਅੱਜ ਹੋ ਰਿਹਾ ਹਾਂਜੀ ਉਹ ਕੱਲ ਨੂੰ ਕੋਈ ਹਾਂਜੀ ਉਨੀ ਕੀ ਹੋ ਜਾਂਦੀ ਆ ਤਾਂ ਉਹ ਤਾਂ ਸਿਆਣੇ ਬੰਦੇ ਤੇ ਇਹ ਕਹਿਣਗੇ ਕਿ ਭਾਈ ਇਹ ਕਰਾਉਂਦੇ ਨੇ ਇਹਨਾਂ ਨੂੰ ਪੁੱਛੋ ਬਾਈ ਅਸੀਂ ਤੇ ਜਾ ਕੇ ਉੱਥੇ ਸੋਫਿਆਂ ਤੇ ਬਹਿਣ ਵਾਲੇ ਜੇ ਚਾਹ ਪੀਆਤੀ ਤੇ ਠੀਕ ਐ ਨਹੀਂ ਤੇ ਉੱਠ ਕੇ ਸਸਰੀ ਕਾਦ ਕਰਕੇ ਇਹਨਾਂ ਨੂੰ ਕੋਈ 4 ਪੈਸੇ ਦੇ ਕੇ ਆ ਜਾਾਂਗੇ ਪਿਆਰ ਦੇ ਕੇ ਆ ਜਾਾਂਗੇ ਆਈ ਹੈ ਨਾ ਸਿਆਣੇ ਬੰਦੇ ਨੇ ਤੇ ਆ ਹੀ ਕਹਿਣਾ ਜੀ ਉਹ ਫਿਰ ਗੱਲ ਇਹ ਹੋਈ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਕੋਈ ਸਾਡਾ ਹੀ ਮਿੱਤਰ ਪਿਆਰਾ ਉੱਥੇ ਪਹੁੰਚਿਆ ਹੋਇਆ ਸੀਗਾ ਜੀ ਕਵਰੇਜ ਵਾਸਤੇ ਤੇ ਫਿਰ ਮੈਂ ਉਹ ਫੋਨ ਲਾ ਕੇ ਤੇ ਮੈਂ ਕਿਹਾ ਯਾਰ ਸਾਡੀ ਵੀ ਗੱਲ ਕਰਵਾਓ ਤੇ ਉਹ ਸਾਡੇ ਭਰਾ ਨੇ ਛੁੱਟੇ ਉੱਥੇ ਗਏ ਜਿਹੜੇ ਕਵਰੇਜ ਵਾਸਤੇ ਤੇ ਉਹ ਗੱਲ ਕਰਵਾਤੀ ਉਹਨਾਂ ਨੇ ਨਹੀਂ ਤੇ ਸਾਡੇ ਇੱਕ ਵਿੱਚ ਇਹ ਵੀ ਹੁੰਦਾ ਕਿ ਮੇਰੀ ਸਟੋਰੀ ਰਹਿ ਜੂਗੀ ਜੇ ਇਹ ਕਰ ਦੇਣ ਕਿ ਇਹ ਇਹ ਬੜਾ ਹੁੰਦਾ ਵਿੱਚ ਪਹਿਲਾਂ ਇਹ ਕਰ ਗਏ ਨਹੀਂ ਉਹ ਐਸਾ ਸਾਡਾ ਭਰਾ ਨਹੀਂ ਹੈ ਜੀ ਤਾਂ ਮੈਂ ਉਹਨਾਂ ਆਯੋਜਕਾਂ ਚੋਂ ਇੱਕ ਮੁੰਡੇ ਨਾਲ ਗੱਲ ਜਿਹੜੀ ਮੇਰੀ ਕਰਵਾਈ ਗਈ ਗੱਲ ਕੀਤੀ ਤੇ ਮੈਂ ਉਸੇ ਤਰੀਕੇ ਨਾਲ ਹੀ ਪੁੱਛਿਆ ਜਿਸ ਤਰੀਕੇ ਨਾਲ ਪੁੱਛਣਾ ਚਾਹੀਦਾ ਸੀਗਾ ਕਿ ਬਾਈ ਹੋਇਆ ਕੀ ਸੀਗਾ ਕਿ ਤੁਸੀਂ ਸਿੱਧੂ ਮੂਸੇਵਾਲੇ ਦਾ ਖਾੜਾ ਬੁੱਕ ਕਰਾਇਆ ਸੀ ਉਹਨਾਂ ਨੇ ਕਿ ਨਹੀਂ ਇਹ ਖਾੜਾ ਖੂੜਾ ਇੱਥੇ ਕੁਝ ਨਹੀਂ ਕੋਈ ਬੁਕਿੰਗ ਨਹੀਂ ਸੀ ਬੇਸਿਕਲੀ ਉਹ ਕੁਝ ਮਤਲਬ ਕਿ ਇਥੇ ਮੁਹਾਲੀ ਆਉਂਦੇ ਸਾਡੇ ਪਿੰਡ ਦੇ ਮਤਲਬ ਕਿ ਉਹਦੇ ਮਿੱਤਰ ਸਨ ਤੇ ਅਸੀਂ ਸਨਮਾਨ ਰੱਖਿਆ ਸੀਗਾ ਮਤਲਬ ਕਿ ਇਹ ਕੋਈ ਖਾੜੇ ਵਾਲਾ ਪ੍ਰੋਗਰਾਮ ਨਹੀਂ ਸੀ ਇਹ ਸਨਮਾਨ ਵਾਲਾ ਪ੍ਰੋਗਰਾਮ ਸੀ ਕੋਈ ਬੁਕਿੰਗ ਵਾਲਾ ਕੋਈ ਖੜਾ ਨਹੀਂ ਸੀ ਕਿ ਇਨਵੋਕ ਕੀਤਾ ਹੋਇਆ ਜੋ ਉਹਨਾਂ ਨੇ ਕਿਹਾ ਮੈਂ ਉਹੀ ਗੱਲ ਅੱਖਰ ਅੱਖਰ ਕਹੂੰਗਾ ਜੀ ਠੀਕ ਹੈ ਨਾ ਜੀ ਉਹਨਾਂ ਦਾ ਪੱਖ ਰੱਖਣਾ ਜ਼ਰੂਰੀ ਹੈ ਤਾਂ ਜੋ ਉਹਨਾਂ ਨੇ ਕਿਹਾ ਫਿਰ ਆਪਾਂ ਉਸ ਤੋਂ ਬਾਅਦ ਅੱਗੇ ਚੱਲੇ ਚੱਲਾਂਗੇ ਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਹਾਡੇ ਪਿੰਡ ਦਾ ਕੋਈ ਗੈਂਗਸਟਰ ਬੈਕਗ੍ਰਾਉਂਡ ਵਾਲਾ ਮੁੰਡਾ ਹੈਗਾ ਮਤਲਬ ਨਾਂ ਨਹੀਂ ਲਿਆ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਬਦਨਾਮ ਵਿਸ਼ੇਸ਼ ਦਾ ਉਹ ਕਹਿੰਦੇ ਨਹੀਂ ਸਾਡੇ ਪਿੰਡ 'ਚ ਕੋਈ ਇਸ ਤਰ੍ਹਾਂ ਦੀ ਬੈਕਗ੍ਰਾਉਂਡ ਵਾਲਾ ਨਹੀਂ ਹੈ ਤੇ ਨਾ ਹੀ ਕੋਈ ਲਾਗਾ ਦੇਗਾ ਕਿਸੇ ਨਾ ਕਿਸੇ ਦਾ ਕੋਈ ਲੈਣਾ ਦੇਣਾ ਆ ਹਾਂ ਹੁਣ ਇਹ ਤਾਂ ਹੈ ਆ ਇਹ ਤਾਂ ਆਪਾਂ ਵੀ ਮੰਨਦੇ ਆ ਮੰਨ ਲਓ ਪਿੰਡ 'ਚ ਕੋਈ ਬੰਦਾ ਯਾਰ ਬਾਹਰ ਬੈਠਾ ਕੀ ਕਰਦਾ ਜਾਂ ਚੋਰੀਆਂ ਕੀ ਕਰਦਾ ਉਹਦੀ ਤੇ ਕੋਈ ਸੌਣ ਨਹੀਂ ਨਾ ਦੇ ਸਕਦਾ ਪਰ ਉਹਨਾਂ ਨੇ ਕਿਹਾ ਕਿ ਸਾਡਾ ਕਿਸੇ ਤਰ੍ਹਾਂ ਦਾ ਕੋਈ ਲਿੰਕ ਨਹੀਂ ਸੀਗਾ ਜਿਹਦਾ ਨਾਮ ਲੈ ਰਹੇ ਸੀਗੇ ਇਹ ਚੈਨਲ ਵਾਲੇ ਜਾਂ ਜੋ ਇੰਟੈਰੋਗੇਸ਼ਨ ਚ ਆਇਆ ਕਿ ਨਾ ਹੀ ਉਹ ਇਸ ਪਿੰਡ ਦੇ ਨਾਲ ਕਦੇ ਬਿਵਾਸਤਾ ਰਿਹਾ ਜੀ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਲੱਕੀ ਪਟਿਆਲ ਦਾ ਸ਼ਾਇਦ ਨਾਮ ਲੈ ਰਹੇ ਸੀਗੇ ਹਾਂਜੀ ਤਾਂ ਉਹ ਕਹਿੰਦੇ ਆ ਕਿ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਡੀ ਗੱਲ ਹੀ ਨਹੀਂ ਸੁਣ ਰਿਹਾ ਕੋਈ ਜੀ ਮਤਲਬ ਕਿ ਕੋਸਟੇ ਹੀ ਰਟ ਲਾਈ ਆ ਕਿ ਉੱਥੇ ਹੋਇਆ ਜੀ ਭਾਗੋ ਮਾਜਰਾ ਕਰਕੇ ਉਹ ਉਹ ਤਾਂ ਮਯੂਸ ਹੋਏ ਪੈਨੇ ਨੌਜਵਾਨ ਜੀ ਵੀ ਅਸੀਂ ਮੇਲਾ ਕਰਾ ਕੇ ਯਾਰ ਗਲਤ ਕਰ ਲਿਆ ਕੋਈ ਸੋ ਇਸ ਤਰ੍ਹਾਂ ਆ ਕਿ ਹੁਣ ਦੇਖੋ ਜਾਂਚ ਪੜਤਾਲ ਹੋ ਜਾਵੇ ਉਹਦੇ ਚ ਕੋਈ ਇਤਰਾਜ਼ ਨਹੀਂ ਹੈਗਾ ਤੁਸੀਂ ਜਾਂਚ ਪੜਤਾਲ ਕਰਵਾ ਲਓ ਪਰ ਫਿਰ ਇੱਕ ਮੇਲੇ ਦੀ ਨਹੀਂ ਮੈਂ ਵਾਰ-ਵਾਰ ਕਹਿ ਰਿਹਾ ਫਿਰ ਬਹੁਤ ਸਾਰੇ ਮੇਲਿਆਂ ਦੀ ਕਰਵਾਓ ਜਿੱਥੇ ਸ਼ਰੇਆਮ ਦੋਸ਼ ਲੱਗੇ ਇੱਕ ਤੇ ਪਿਛਲੇ ਸਾਲ ਹੀ ਹੋ ਗਿਆ ਕਿ ਟੂਰਨਾਮੈਂਟ ਮੁਅਤਲ ਕਰਨਾ ਪਿਆ ਸੀ ਆਪਾਂ ਖਬਰ ਵੀ ਕੀਤੀ ਹਾਂਜੀ ਉਹਨਾਂ ਨੇ ਕੀ ਉਹ ਸੱਚ ਸੀ ਕਿ ਝੂਠ ਸੀ ਕਿਉਂਕਿ ਅਖਬਾਰਾਂ ਚ ਖਬਰਾਂ ਤਾਂ ਕੁਝ ਵੱਖਰੀ ਕਿਸਮ ਦੀਆਂ ਸਨ ਇੱਕ ਥਾਂ ਤੇ ਪਲੇਅਰ ਨੂੰ ਗੋਲੀ ਮਾਰੀ ਗਈ ਸੀ ਕਿਉਂਕਿ ਉਹ ਖੇਡਣ ਆਇਆ ਸੀਗਾ ਕੀ ਉਹ ਸੱਚ ਸੀ ਕਿ ਝੂਠ ਸੀ ਕਿਉਂਕਿ ਜੇਲ੍ਹ ਚੋਂ ਕਹਿੰਦੇ ਫੋਨ ਆਇਆ ਸੀ ਫਿਰ ਮਤਲਬ ਕਿ ਸਾਰੇ ਕਬੱਡੀ ਦੇ ਵਿੱਚ ਜੋ ਇਹ ਚੀਜ਼ ਵੱੜਦੀ ਨਜ਼ਰ ਆਉਂਦੀ ਆ ਤੇ ਜਿਹੜੀ ਸੰਦੀਪ ਨੰਗਲ ਅੰਬੀਆਂ ਦੇ ਕਾਲ ਤੱਕ ਬਣ ਕੇ ਆ ਗਈ ਇਹ ਇਹ ਸਾਰੀ ਫਿਰ ਲਾ ਬਾਡੀ ਨੂੰ ਜਾਂਚ ਕਰੋ ਨਾ ਵਿੱਚ ਪਾਗੋ ਮਾਜਰੇ ਵਾਲੇ ਵੀ ਰੱਖ ਲਓ ਕੋਈ ਇਤਰਾਜ਼ ਨਹੀਂ ਸਾਨੂੰ ਕੀ ਇਤਰਾਜ਼ ਹਾਂਜੀ ਮੈਂ ਤਾਂ ਹੋਰ ਕੋ ਵੱਡਾ ਕੱਪ ਤੁਸੀਂ ਉਹ ਵੀ ਦੇਖ ਲਓ ਕੋਈ ਚੱਕਰ ਨਹੀਂ ਕਿਸੇ ਨੇ ਕਹਿ ਦਿੱਤਾ ਕਿਸੇ ਮਲਜਮ ਨੇ ਕਹਿ ਦਿੱਤਾ ਐਂ ਤੇ ਫਿਰ ਜਗਦੀਸ਼ ਭੋਲੇ ਨੇ ਮਜੀਠੀਆ ਦਾ ਨਾਮ ਲਿਆ ਸੀ ਉਹਨੂੰ ਮਜੀਠੀਆ ਨੂੰ ਨਾਲ ਹੀ ਫੜ ਲੈਂਦੇ ਭੋਲਾ ਬਾਦਲ ਸਾਹਿਬ ਨੂੰ ਸਵਾਲ ਕੀਤਾ ਗਿਆ ਉਦੋਂ ਸ਼ਾਇਦ ਮਲੋਟ ਸੰਨ ਇਹ ਆਏ ਜੀ ਉਦੋਂ ਇਹ ਜਦੋਂ ਕੰਮ ਚੱਲਿਆ ਨਾ ਜੀ ਤੇ ਇਹਨਾਂ ਨੂੰ ਇਹ ਸਵਾਲ ਕੀਤਾ ਗਿਆ ਬਤੌਰ ਸੀਐਮ ਉਦੋਂ ਮੈਂ ਵੀ ਉਹ ਪੀਸੀ ਦੇ ਵਿੱਚ ਸੀਗਾ ਤੇ ਇਹਨਾਂ ਦਾ ਇਹਨਾਂ ਦਾ ਜਿਹੜਾ ਜਵਾਬ ਸੀ ਬਾਦਲ ਸਾਹਿਬ ਦਾ ਉਹ ਕਹਿੰਦੇ ਜੀ ਮਲਜ਼ਮ ਤੇ ਕਿਸੇ ਦਾ ਵੀ ਨਾਲ ਲੈ ਦੂ ਕੱਲ ਨੂੰ ਕਿਸੇ ਮੇਰਾ ਲੈ ਦੂ ਜਾਂ ਪ੍ਰਧਾਨ ਮੰਤਰੀ ਦਾ ਲੈ ਲੂ ਕੀ ਫੜ ਲਾਂਗੇ ਜੀ ਉਹਦਾ ਕਿਉਂ ਆਪ ਦੇ ਬਚਾਉਣ ਵਾਸਤੇ ਆਪ ਦਾ ਕਰਨ ਵਾਸਤੇ ਕੁਝ ਵੀ ਕਰ ਸਕਦਾ ਜੀ ਵੀ ਜਾਂ ਤੱਕ ਕਰਾਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਜੀ ਤਸਦੀਕ ਕਰ ਲੋ ਜਾਂਚ ਪੜਤਾਲ ਕਰ ਲੋ ਉਸ ਤੋਂ ਬਾਅਦ ਅਸੀਂ ਕਿਸੇ ਪਿੰਡ ਨੂੰ ਇੱਕ ਰੱਸੇ ਬੰਨੀ ਹੈ ਨਾ ਹਾਂਜੀ ਹਾਲੇ ਆਪਾਂ ਇਹ ਕਹਿ ਸਕਦੇ ਹਾਂ ਕਿ ਠੀਕ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਚਲੋ ਇਨਵੈਸਟੀਗੇਸ਼ਨ ਕਰ ਲੋ ਫਿਰ ਸਾਰਿਆਂ ਦੀ ਕਰੋ ਨਾ ਚਾਹੇ ਉਹਦੇ ਚ ਫਿਰ ਕੋਈ ਵੀ ਗਰੁੱਪ ਜਾਂ ਕੋਈ ਵੀ ਗੈਂਗਸਟਰ ਜਾਂ ਕੋਈ ਵੀ ਸਿੰਡੀਕੇਟ ਇਨਵੋਲਵ ਹੋਵੇ ਕਿਉਂਕਿ ਜੇ ਇਨਵੋਲਵਮੈਂਟ ਹੈ ਤਾਂ ਫਿਰ ਕਿਸੇ ਇੱਕ ਦੀ ਤਾਂ ਨਹੀਂ ਨਾ ਹੋ ਸਕਦੀ ਜੀ ਫਿਰ ਤਾਂ ਬਹੁਤ ਸਾਰੇ ਗਰੁੱਪਾਂ ਦੀ ਹੋਏਗੀ ਤਾਂ ਤੁਸੀਂ ਕਰ ਲਓ ਉਹਦੀ ਇਨਵੈਸਟੀਗੇਸ਼ਨ ਤੁਹਾਨੂੰ ਤਾਂ ਨੰਗਲੰਬੀਆਂ ਦੇ ਕਤਲ ਤੋਂ ਬਾਅਦ ਕਰ ਦੇਣੀ ਚਾਹੀਦੀ ਸੀਗੀ ਜੀ ਤਾਂ ਖੈਰ ਇਹ ਕਹਾਣੀ ਆ ਤੇ ਇਹਦੇ ਵਿੱਚ ਹੁਣ ਅੱਗੇ ਦੇਖੋ ਕੀ ਬਣਦਾ ਕੀ ਬਣਾਉਂਦਾ ਤਾਂ ਉਹਨਾਂ ਦਾ ਪੱਖ ਜਿਹੜਾ ਕਾਫੀ ਮਯੂਜ਼ ਸੀਗੇ ਦੇਖੋ ਮੈਂ ਅੱਗੇ ਕਹਿਣਾ ਕਿ ਕੋਈ ਚੋਰੀਓ ਕੋਈ ਬਾਹਰ ਬੈਠਾ ਕੋਈ ਕਿਸੇ ਦੇ ਸੰਪਰਕ ਚ ਹੈ ਜਾਂ ਨਹੀਂ ਹੁਣ ਸਾਰੇ ਪਿੰਡ ਵਾਸੀਆਂ ਨੂੰ ਥੋੜੀ ਪਤਾ ਹੁੰਦਾ ਤਾਂ ਸਾਰੇ ਪਿੰਡ ਵਾਸੀ ਥੋੜੀ ਜ਼ਿੰਮੇਵਾਰ ਹੋ ਜਾਂਦੇ ਪਰ ਜਦੋਂ ਇਸ ਤਰ੍ਹਾਂ ਦਾ ਮਸਲਾ ਬਣ ਜਾਂਦਾ ਫਿਰ ਤੁਹਾਨੂੰ ਪਤਾ ਸਾਰਾ ਪਿੰਡ ਹੀ ਜਿਹੜਾ ਬਦਨਾਮ ਹੋ ਜਾਂਦਾ ਤਾਂ ਇਸ ਤਰ੍ਹਾਂ ਉਹ ਮਯੂਸੀ ਤੇ ਹੈਗੀ ਸੀ ਨੌਜਵਾਨਾਂ ਚ ਬਾਕੀ ਗੱਲ ਇਹ ਆ ਕਿ ਇਹ ਕੱਲ ਆਪਾਂ ਗੱਲ ਕਰ ਚੁੱਕੇ ਹਾਂ ਜੀ ਜ਼ਿਆਦਾਤਰ ਤੇ ਆਪਾਂ ਗੱਲ ਕਰ ਲਈ ਆ ਪਰ ਇਹਦੇ ਚ ਇੱਕ ਚੀਜ਼ ਹੋਰ ਵੀ ਆ ਨਾ ਕਿ ਮੈਸੇਜ ਇੱਕ ਜਿਹੜੀ ਕੱਲ ਥਿਉਰੀ ਪੇਸ਼ ਕੀਤੀ ਗਈ ਆ ਉਹਦੇ ਚੋਂ ਇੱਕ ਚੀਜ਼ ਤੇ ਹੋਰ ਵੀ ਨਿਕਲੇਗੀ ਨਾ ਜਿਹੜੀ ਨੋਟੇਬਲ ਆ ਕਿ ਕਿ ਸਿੱਧੂ ਮੂਸੇਵਾਲਾ ਗੈਂਗਸਟਰਾਂ ਦੇ ਪਹਿਲਾਂ ਹੀ ਸੰਪਰਕ ਵਿੱਚ ਸੀ। ਜਾਂ ਯਕਦਮ ਕਾ ਲਓ। ਜੋ ਥਿਉਰੀਆਂ ਕਹਿੰਦੀਆਂ ਜੇ ਜੇ ਤੁਸੀਂ ਇਹਨੂੰ ਸਟੈਬਲਿਸ਼ ਕਰ ਰਹੇ ਜੇ ਦਾ। ਜੀ। ਇਹਦਾ ਮਤਲਬ ਹੈ ਕਿ ਤੁਸੀਂ ਇਹ ਦਿਖਾ ਰਹੇ ਹੋ ਜਦ ਕੋ ਉਹਦੇ ਮਾਪੇ-ਪਾਪਾਂ ਲੱਗ ਕਹਿੰਦੇ ਆ ਤੇ ਇਹੀ ਦਾਵਾ ਤਾਂ ਕੀਤਾ ਜਾ ਰਿਹਾ ਨਾ ਜਿਨ੍ਹਾਂ ਨੇ ਮਾਰਿਆ ਉਹ ਵੀ ਇਹੋ ਦਾਵਾ ਕਰਦੇ ਆ ਤਾਂ ਯਾਨੀ ਇਹ ਤਾਂ ਇੱਕ ਨਵੀਂ ਉਲਝਣ ਹੈ ਨਾ ਨਵੀਂ ਇੱਕ ਤੁਸੀਂ ਦੋਬੇ ਦਾ ਪੈਦਾ ਕਰ ਰਹੇ ਆ। ਜੀ। ਉਹ ਤਾਂ ਹੁਣ ਚਲੋ ਇਹਨਾਂ ਨੇ ਜਾ ਕੇ ਸਟੈਂਡ ਕਰਨੀਆਂ ਨੇ ਕਿਵੇਂ ਕਰਦੇ ਆਗੇ ਤੇ ਆਪਾਂ ਦੇਖਾਂਗੇ ਜੀ